ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਯੂਟਿਊਬ ਚੈਨਲ ਚੁਚਿਨ ਵਿੱਚ ਚਵਲ ਜੀਤ ਦੇ ਵਿੱਚ ਛੋਰ ਜਾਈ। ਅੱਜ ਮੈਂ ਤੁਹਾਡੇ ਨਾਲ ਹੋਮ ਮੇਡ ਪ੍ਰੋਟੀਨ ਪਾਊਡਰ ਦੀ ਰੈਸਿਪੀ ਸ਼ੇਅਰ ਕਰਨ ਵਾਲੀ ਹਾਂ, ਪੂਰੀ ਡਿਟੇਲ ਵੀ ਦੱਸਾਂਗੀ। ਜੇ ਮੇਰੀ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਅਤੇ ਬੈੱਲ ਆਈਕੋਨ ਦਾ ਬਟਨ ਜ਼ਰੂਰ ਦਬਾ ਦਿਓ। ਇਹਦੇ ਨਾਲ ਮੇਰੀ ਆਉਣ ਵਾਲੀ ਹਰ ਨਵੀਂ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲੇਗੀ। ਤਾਂ ਚਲੋ ਜਾਈ, ਸਭ ਤੋਂ ਦੁੱਧ ਬਣਾਉਂਦੇ ਹਾਂ ਹੋਮ ਮੇਡ ਪ੍ਰੋਟੀਨ ਪਾਊਡਰ ਦੇ ਨਾਲ। ਸਭ ਤੋਂ ਪਹਿਲਾਂ ਮੈਂ ਫਰਾਈਪੀਨ ਦੱਸਾਂਗੀ, ਆ ਇੱਟ ਲਾਹ ਦੁੱਧ ਜਿਹੜਾ ਮੈਂ ਸਾਰਾ ਪਾ ਦੇਵਾਂਗੀ ਇਹਦੇ ਵਿੱਚ। ਥੋੜ੍ਹਾ ਜਿਹਾ ਨੂੰ ਗਰਮ ਹੋ ਲੈਣ ਦੇਵਾਂਗੇ ਦੁੱਧ ਨੂੰ, ਟੋਸਾ ਜਿਹਾ ਰੱਖਣਾ ਦੁੱਧ, ਜ਼ਿਆਦਾ ਗਰਮ ਨਹੀਂ ਕਰਨਾ ਪਹਿਲਾਂ। ਆ ਇਹ ਸਾਡਾ ਹੋਮ ਮੇਡ ਪ੍ਰੋਟੀਨ ਪਾਊਡਰ, ਇਹਦੇ ਵਿੱਚ ਮੈਂ ਚਨੇ ਭੁੰਨੇ ਹੋਏ, ਜਿਹੜੇ ਚਨੇ ਹੁੰਦੇ ਆ ਉਹਨਾਂ ਨੂੰ ਮੈਂ ਬਲੈਂਡ ਕਰਕੇ ਪਾਊਡਰ ਬਣਾਇਆ, ਅਤੇ ਡਰਾਈ ਫਰੂਟਸ ਅਤੇ ਫੁੱਲ ਮਸਾਲਿਆਂ ਨੂੰ ਬਲੈਂਡ ਕਰਕੇ ਪਾਊਡਰ ਬਣਾ ਲਿਆ ਸੀ। ਅਤੇ ਇਹਨਾਂ ਸਾਰਿਆਂ ਦਾ ਮਿਕਸਚਰ ਤਿਆਰ ਹੈਗਾ, ਅਤੇ ਫਿਰ ਮੈਂ ਹੁਣ ਇਹਨੂੰ ਦੁੱਧ ਵਿੱਚ ਪਾਵਾਂਗੀ ਜਦੋਂ ਗਰਮ ਹੋ ਜਾਏਗਾ। ਆ ਮੈਂ ਇੱਕ ਵੱਡਾ ਚਮਚ ਸੱਤਰ ਦਾ ਪਾਣੀ ਆ ਇਹ ਦੁੱਧ ਦੇ ਵਿੱਚ, ਆ ਇਹ ਟੋਸਾ ਦੁੱਧ ਹੋ ਰਿਹਾ ਹੋਇਆ, ਹੁਣ ਅਸੀਂ ਆ ਪਾਊਡਰ ਪਾਵਾਂਗੇ ਸਾਰਾ। ਹੁਣ ਅਸੀਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ, ਥੋੜ੍ਹੀ ਦੇਰ ਇਹਨੂੰ ਮਿਕਸ ਆਪਾਂ ਕਰਦੇ ਰਹਿਣਾ, ਉਬਾਲਾਂ ਆਉਣ ਜਾਵਾਂਗੇ ਚੰਗੀ ਤਰ੍ਹਾਂ, ਰਿੱਝਣ ਜਾਵਾਂਗੇ ਪਾਊਡਰ ਨੂੰ। ਆ ਦੇਖੋ ਦੁੱਧ ਨੂੰ ਉਬਾਲਾ ਆ ਰਿਹਾ ਹੋਇਆ, ਸਾਡਾ ਦੁੱਧ ਬਣ ਕੇ ਤਿਆਰ ਹੈ। ਫਿਰ ਹੁਣ ਅਸੀਂ ਗੈਸ ਆਫ ਕਰਾਂਗੇ, ਇਹਨੂੰ ਅਸੀਂ ਪਾ ਲਵਾਂਗੇ ਗਲਾਸ ਦੇ ਵਿੱਚ। ਮੈਂ ਉਸੇ ਮੱਝੇ ਵਿੱਚ ਪਾ ਰਹੀ ਹਾਂ ਜਿਹੜੇ ਮੱਝੇ ਵਿੱਚ ਦੁੱਧ ਪਹਿਲਾਂ ਸੀ। ਹੁਣ ਮੈਨੂੰ ਗਲਾਸ ਵਿੱਚ ਪਾ ਕੇ ਪੀਵਾਂਗੇ ਠੰਡਾ ਅਤੇ ਥੋੜ੍ਹਾ ਜਿਹਾ। ਦੇਖੋ ਸਾਡਾ ਦੁੱਧ ਬਣ ਕੇ ਤਿਆਰ ਹੈ ਹੋਮ ਮੇਡ ਪ੍ਰੋਟੀਨ ਪਾਊਡਰ ਦੇ ਨਾਲ, ਬਹੁਤ ਹੀ ਜ਼ਿਆਦਾ ਟੇਸਟੀ ਬਣਦਾ, ਤੁਸੀਂ ਵੀ ਜ਼ਰੂਰ ਪੀਤੇ ਦੇਸੀਓ ਇਹ ਦੁੱਧ। ਹੋਮ ਮੇਡ ਪ੍ਰੋਟੀਨ ਪਾਊਡਰ ਪਾ ਕੇ ਤੁਹਾਨੂੰ ਬਹੁਤ ਵਧੀਆ ਲੱਗੇਗਾ। ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ, ਅਤੇ ਕਮੈਂਟ ਵੀ ਜ਼ਰੂਰ ਦੱਸਿਓ ਕਿਵੇਂ ਦਾ ਬਣਿਆ ਦੁੱਧ। ਅਤੇ ਮਿਲਦੇ ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।